मॉडल डबल एयरबैग वाली है जी, 1.6 मॉडल, 3,70,000 प्राइस है जी, पंजाब नंबर, सेकंड ओनर। 3,70,000? हाँ जी, हाँ जी सर, 3,70,000 मार्केट ਦੇ ਵਿੱਚ ਲਗਭਗ 4.25 ਲੱਖ ਤੋਂ ਘੱਟ ਨਹੀਂ ਮਿਲਦੀ ਹੈ ਨਾ ਵੀਰੇ ਦਾ? ਹਾਂਜੀ ਹਾਂਜੀ, ਮਾਰਕੀਟ ਵੈਲਿਊ ਇਹਦੀ 4 ਪਲੱਸ ਦਾ ਰੇਟ ਹੁੰਦਾ ਹੈ। ਜੇ ਕਿਸੇ ਨੇ ਮੰਨ ਲਓ ਮਿੱਤਰ ਪਿਆਰੇ ਨੇ ਜਾਂ ਕਿਸੇ ਦੇ ਭੈਣ ਭਾਈ ਨੇ ਗੱਡੀ ਲੈਣੀ ਹੁੰਦੀ ਆ ਤਾਂ ਅਗਲਾ 10 ਪਾਉਂਦਾ ਬਾਈ ਜੀ ਉੱਥੇ ਕਾਰ ਬਾਜ਼ਾਰ ਆ। ਜੈਨੂਨ ਕੰਮ ਆ, 1 ਨੰਬਰ ਗੱਡੀਆਂ ਨੇ, ਇੰਜਨ ਗੇਅਰ ਦੀ, ਕਾਗਜ਼ ਪੱਤਰਾਂ ਦੀ, ਐਕਸੀਡੈਂਟ ਦੀ ਆਪਣੀ ਫੁੱਲ ਜ਼ਿੰਮੇਵਾਰੀ ਹੁੰਦੀ ਹੈ। ਕਹਿ ਹੁੰਦਾ ਨਾ ਵੀਰੇ, ਮੰਨ ਲਓ ਜੇ ਆਪਾਂ ਇੱਕ ਕਾਰ ਦੇਤੀ ਵਧੀਆ ਨਿਕਲੀ ਅਗਰ ਫੁੱਲ ਤਾਂ ਉਹਦੇ ਨਾਲ ਮੇਰਾ 10 ਕਾਰਾਂ ਵੇਗ ਜਾਂਦੀਆਂ। ਬਿਲਕੁਲ ਬਿਲਕੁਲ ਜੀ, 1,00,000 ਰੁਪਏ ਦੀ ਗੱਲ ਆ ਬਾਈ। ਹਾਂਜੀ ਦੋਸਤੋ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਆ? ਉਮੀਦ ਆ ਸਾਰੇ ਠੀਕ ਹੋਵੋਗੇ। ਅੱਜ ਦੀ ਵੀਡੀਓ ਫੇਰ ਬਹੁਤ ਘੈਂਟ ਹੋਣ ਵਾਲੀ ਹੈਗੀ। ਅੱਜ ਆਪਣੇ ਮਿੱਤਰਾਂ ਦੀ ਡਿਮਾਂਡ ਤੇ ਆਏ ਆਪਾਂ ਸਤਿ ਸ੍ਰੀ ਸਾਹਿਬ ਕਾਰ ਬਾਜ਼ਾਰ ਦੇ ਉੱਪਰ ਦੱਦਾ ਹੋਰ, ਠੀਕ ਹੈ ਜੀ। ਆਪਾਂ ਬੋਰਡ ਦੇਖ ਰਹੇ ਹਾਂ, ਆਪਾਂ ਵੀਰੇ ਦਾ ਸੁਭਾਅ ਦੀ ਗੱਲ ਕਰੀਏ, ਸੁਭਾਅ ਬੜਾ ਵਧੀਆ ਤੇ ਕਾਰਾਂ ਇਹਨੇ ਕਾਰਾਂ ਉਸ ਤੋਂ ਵੀ ਵਧੀਆ ਨੇ। ਜਦੋਂ ਤੁਸੀਂ ਇੱਕ ਵਾਰ ਕਾਰ ਦੀ ਟਰਾਈ ਲਓਗੇ, ਮੇਰੇ ਹਿਸਾਬ ਨਾਲ ਮੈਨੂੰ ਨਹੀਂ ਲੱਗਦਾ ਵੀ ਤੁਹਾਨੂੰ ਨਿਰਾਸ਼ ਹੋ ਕੇ ਜਾਣਾ ਪਊ। ਕਾਰਾਂ ਬਹੁਤ ਵਧੀਆ ਨੇ, ਇੱਕ ਵਾਰ ਵਿਜ਼ਿਟ ਜ਼ਰੂਰ ਕਰੋ, ਠੀਕ ਹੈ ਜੀ। ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ, ਘੰਟੇ ਵਾਲਾ ਬਟਨ ਦੱਬ ਲਿਓ। ਅਗਰ ਕਿਸੇ ਨੇ ਐਡ ਕਰਵਾਉਣੀ ਹੋਵੇ, ਆਪਣਾ ਇੰਸਟਾਗ੍ਰਾਮ ਪੇਜ ਦੇ ਉੱਪਰ ਜਾ ਕੇ ਆਪਾਂ ਨੂੰ ਮੈਸੇਜ ਕਰ ਸਕਦੇ ਹੋ, ਨੰਬਰ ਛੱਡ ਦਿਓ ਜਾਂ ਕਮੈਂਟਾਂ ਦੇ ਵਿੱਚ, ਕਮੈਂਟ ਸੈਕਸ਼ਨ ਦੇ ਵਿੱਚ ਨੰਬਰ ਛੱਡ ਦਿਓ, ਤੁਹਾਨੂੰ ਰਿਪਲਾਈ ਜ਼ਰੂਰ ਆਜੂਗਾ। ਆ ਜਾਓ, ਗੱਲਬਾਤ ਕਰਦੇ ਹਾਂ ਕਿਹੜੀ ਕਿਹੜੀ ਕਾਰਾਂ ਰਹਿਣਗੀਆਂ। ਲਓ ਜੀ ਦੋਸਤੋ, ਆਪਾਂ ਖੜ੍ਹੇ ਹਾਂ ਦੱਦਾ ਹੋਰ ਪਿੰਡ ਵੀਰੇ ਦਾ ਕਾਰ ਬਾਜ਼ਾਰ, ਸਤਿ ਸਾਹਿਬ ਕਾਰ ਬਾਜ਼ਾਰ। ਅਤੇ ਆਪਾਂ ਜਦੋਂ ਵੀ ਆਉਂਦੇ ਹਾਂਗੇ, ਠੀਕ ਹੈ ਜੀ, ਕੋਈ ਨਾ ਕੋਈ ਮਿੱਤਰ ਐਸਾ ਉਰੇ ਖੜ੍ਹਾ ਹੀ ਹੁੰਦਾ, ਜਿਹੜੇ ਮਿੱਤਰ ਉਰੋਂ ਕਾਰ ਲੈ ਕੇ ਗਏ ਹੁੰਦੇ ਨੇ, ਠੀਕ ਹੈ ਜੀ। ਮਤਲਬ ਕੋਈ ਕਾਰ ਦਬਾਉਣ ਨੂੰ ਆਇਆ ਹੁੰਦਾ, ਕੋਈ ਕੁਛ, ਕੋਈ ਕੁਛ, ਠੀਕ ਹੈ ਜੀ, ਬਹੁਤ ਕੰਮ ਹੁੰਦੇ ਨੇ। ਅਤੇ ਓਏਜ਼ਟੀ ਅੱਜ ਮਿੱਤਰ ਖੜ੍ਹਾ ਉਰੇ ਬਾਈ, ਇਹਨਾਂ ਗੱਲਬਾਤ ਕਰਾਂਗੇ ਕਿ ਉਰੋਂ ਕਾਰ ਪਰਚੇਜ਼ ਕਰਕੇ ਲੈ ਗਏ ਉਹਨੇ, ਕਿੱਦਾਂ ਦੀ ਕਾਰ ਨਿਕਲੀ, ਕਿਹੜੀ ਕਾਰ ਲੈ ਗਈ। ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਜੀ। ਅਤੇ ਵੀਰੇ ਤੁਸੀਂ ਉਰੋਂ ਕਾਰ ਪਰਚੇਜ਼ ਕਰੀ ਵੀਰੇ? ਹਾਂਜੀ ਹਾਂਜੀ। ਕਿਹੜੀ ਕਾਰ ਲਈ ਸੀ? ਸਵਿਫਟ ਡਿਜ਼ਾਇਰ ਜੀ। ਡਿਜ਼ਾਇਰ ਲਈ ਸੀ, ਮਾਡਲ ਕਿਹੜਾ ਸੀ? 2015 ਜੀ, 11ਵੇਂ ਮਹੀਨੇ ਦੀ ਸੀਗੀ। EVS ਬ੍ਰੇਕਾਂ 'ਚ ਆ ਜੀ, ਡਬਲ ਏਅਰ ਬੈਗ 'ਚ ਆ, ਬਹੁਤ ਵਧੀਆ ਨਿਊ ਕਾਰ ਆ, ਪੰਜਾਬ ਨੰਬਰ ਸੀਗੀ। ਵਧੀਆ ਕਾਰ ਪੂਰੀ? ਬਹੁਤ ਵਧੀਆ ਜੀ। ਕਿਸੇ ਪਾਸੋਂ ਕੁਛ ਦਿੱਕਤ ਨਹੀਂ? ਬਿਲਕੁਲ ਵੀ ਨਹੀਂ ਜੀ, ਬਹੁਤ ਵਧੀਆ, ਐਨ ਨਵੀਂ ਕਾਰ ਪਈ ਆ ਜੀ। ਦੱਸ ਦਿਓ ਜੇ ਕੋਈ ਹੈਗੀ ਅੱਜ ਖੜ੍ਹੇ ਨੇ ਆਪਾਂ ਫੜ ਲੈਂਦੇ? ਨਹੀਂ ਨਹੀਂ, ਬਿਲਕੁਲ ਵੀ ਨਹੀਂ ਜੀ, ਬਹੁਤ ਵਧੀਆ ਵੀਰ ਨੇ ਕਾਰ ਮਿਲੀ ਆ, ਲੋਕਲ ਕੰਮ ਚੱਲਦਾ ਆ, ਬਹੁਤ ਵਧੀਆ ਚੱਲਦਾ ਹੈ ਜੀ। ਤੁਸੀਂ ਕਿੱਥੋਂ ਲੋਕਲ ਹੀ ਹੋ? ਅਸੀਂ ਪਿੰਡ ਸੀਨੀਅਰ ਗਲਾਂ ਤੋਂ ਜੀ। ਮਤਲਬ ਦੂਜੇ ਪਿੰਡ ਤੋਂ? ਹਾਂਜੀ। ਲਓ ਜੀ ਦੇਖੋ, ਮਿੱਤ ਬਾਈ ਉਰੋਂ ਮਤਲਬ ਨਾਲ ਦੇ ਪਿੰਡੋਂ ਹੀ ਹੈਗਾ, ਅਤੇ ਉਰੋਂ ਕਾਰ ਲੈ ਕੇ ਗਏ ਹੋਏ ਨੇ, ਅਤੇ ਵਧੀਆ ਕਾਰ ਆ ਕਹਿੰਦੇ, ਕੋਈ ਦਿੱਕਤ ਨਹੀਂ ਕਿਸੇ ਪਾਸੋਂ। ਬਾਕੀ ਫੇਥ ਹੈਗਾ ਆਪਣੇ ਬਹੁਤ ਮਿੱਤਰਾਂ ਨੂੰ, ਠੀਕ ਹੈ ਜੀ। ਬਾਕੀ ਕਮੈਂਟ ਸੈਕਸ਼ਨ 'ਚ ਆਪਾਂ ਨੂੰ ਪਤਾ ਹੀ ਹੁੰਦਾ, ਆਪਣੇ ਮਿੱਤਰ ਬਹੁਤ ਪਿਆਰ ਦਿੰਦੇ ਨੇ ਆਪਾਂ ਨੂੰ, ਬਹੁਤ ਸੋਹਣੀਆਂ ਕਾਰਾਂ ਹੁੰਦੇ ਨੇ ਵੀਰੇ ਹੋਰਾਂ ਲਵੇ। ਅਤੇ ਵੀਰੇ ਕਿਵੇਂ ਲੱਗਦਾ ਜਦੋਂ ਮਿੱਤਰ ਕਹਿੰਦੇ ਨੇ ਹਾਂ ਵੀ ਕਾਰ ਵਧੀਆ ਨਿਕਲੀ? ਬਹੁਤ ਮਨ ਨੂੰ ਖੁਸ਼ੀ ਹੁੰਦੀ ਆ ਵੀ ਆਪਣੇ ਤੋਂ ਕਾਰ ਲੈ ਕੇ ਗਿਆ ਬੰਦਾ, ਆਪਣੀ ਸਲਾਘਾ ਵੱਧ ਰਹੀ ਆ, ਏਰੀਏ 'ਚ ਨਾਂ ਬਣਦਾ। ਜੇ ਕਿਸੇ ਨੇ ਮੰਨ ਲਓ ਮਿੱਤਰ ਪਿਆਰੇ ਨੇ ਜਾਂ ਕਿਸੇ ਦੇ ਭੈਣ ਭਾਈ ਨੇ ਗੱਡੀ ਲੈਣੀ ਹੁੰਦੀ ਆ ਤਾਂ ਅਗਲਾ 10 ਪਾਉਂਦਾ ਬਾਈ ਜੀ ਉੱਥੇ ਕਾਰ ਬਾਜ਼ਾਰ ਆ। ਜੈਨੂਨ ਕੰਮ ਆ, 1 ਨੰਬਰ ਗੱਡੀਆਂ ਨੇ, ਇੰਜਨ ਗੇਅਰ ਦੀ, ਕਾਗਜ਼ ਪੱਤਰਾਂ ਦੀ, ਐਕਸੀਡੈਂਟ ਦੀ ਆਪਣੀ ਫੁੱਲ ਜ਼ਿੰਮੇਵਾਰੀ ਹੁੰਦੀ ਆ ਬਾਈ ਜੀ। ਇੱਕ ਐਂ ਹੁੰਦਾ ਨਾ ਵੀਰੇ, ਮੰਨ ਲਓ ਜੇ ਆਪਾਂ ਇੱਕ ਕਾਰ ਦੇਤੀ ਵਧੀਆ ਨਿਕਲੀ ਅਗਰ ਫੁੱਲ ਤਾਂ ਉਹਦੇ ਨਾਲ ਮਤਲਬ 10 ਕਾਰਾਂ ਵੇਚ ਜਾਂਦੀ? ਬਿਲਕੁਲ ਬਿਲਕੁਲ ਜੀ, 1,00,000 ਰੁਪਏ ਦੀ ਗੱਲ ਆ ਬਾਈ ਜੀ। ਲਓ ਜੀ, ਮਤਲਬ ਵੀ ਇਹ ਬਹੁਤ ਪਲੱਸ ਪੁਆਇੰਟ ਹੁੰਦਾ ਹੈਗਾ ਕਿ ਅਗਰ ਇੱਕ ਕਾਰ ਆਪਾਂ ਵਧੀਆ ਦਿੰਦੇ ਹਾਂਗੇ, ਠੀਕ ਹੈ ਜੀ। ਵੈਸੇ ਤਾਂ ਸਾਰੀਆਂ ਕਾਰਾਂ ਵਧੀਆ ਦਿੰਦੇ ਨੇ ਵੀਰੇ ਉਰੀ, ਕਿਸੇ ਮਤਲਬ ਆਹ ਬਾਈ ਨੂੰ ਇੱਕ ਕਾਰ ਵਧੀਆ ਦਿੱਤੀ, ਇਹ ਬਾਈ 10 ਜਣਿਆਂ ਨੂੰ ਜਾ ਕੇ ਕਹੂਗਾ ਵੀ ਭਾਈ ਯਾਰ ਉੱਥੋਂ ਕਾਰ ਵਧੀਆ ਮਿਲੀ ਆ, ਤੁਸੀਂ ਉੱਥੇ ਹੀ ਜਾਓ, ਠੀਕ ਹੈ ਜੀ। ਅਦਰਵਾਈਜ਼ ਹੋਰ ਬਹੁਤ ਡੀਲਰ ਨੇ, ਬਟ ਇੱਕ ਵਾਰ ਤੁਸੀਂ ਵਿਜ਼ਿਟ ਜ਼ਰੂਰ ਕਰੋ। ਆਪਣੇ ਮਿੱਤਰਾਂ ਵੀਰੇ ਦਾ ਫੋਨ ਨੰਬਰ ਆਪਾਂ ਟਾਈਟਲ 'ਚ ਦਿੱਤਾ ਹੋਇਆ, ਤੁਸੀਂ ਗੱਲਬਾਤ ਕਰ ਲਿਓ, ਕਾਰਾਂ ਦਿਖਾਉਣਾ ਤੁਹਾਨੂੰ, ਆ ਜਾਓ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਹੈ? ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ, ਕਿੱਦਾਂ? ਠੀਕ ਠਾਕ ਹੋ? ਠੀਕ ਠਾਕ ਹੋ? ਬਹੁਤ ਵਧੀਆ ਚੜ੍ਹਦੀ ਕਲਾ ਜੀ। ਸਵਾਗਤ ਹੈ ਵੀਰੇ ਆਪਣੇ ਚੈਨਲ ਦੇ ਉੱਪਰ, ਸੈਕਿੰਡ ਟਾਈਮ ਅੱਜ ਆਪਾਂ ਫੇਰ ਤੁਹਾਡੇ ਲਵੇ ਪਹੁੰਚ ਗਏ। ਹਾਂਜੀ ਹਾਂਜੀ ਹਾਂ, ਵੈਲਕਮ ਵੀਰ ਜੀ, ਵੈਲਕਮ। ਅਤੇ ਆਪਣੇ ਲਵੇ ਅੱਜ ਵੀਰੇ ਕਿਹੜੀ ਕਿਹੜੀ ਕਾਰਾਂ ਰਹਿਣ ਵਾਲੀਆਂ ਨੇ? ਅੱਜ ਆਪਣੇ ਕੋਲ 7-8 ਕਾਰਾਂ, ਮੰਨ ਲਓ ਪਹਿਲਾਂ ਵਾਲੇ ਸਟਾਕ ਨਾਲ ਹੋਰ ਨਵੀਆਂ ਆਈਆਂ ਜੀ, ਜਿੱਦਾਂ ਵਰਨਾ ਆਈਆਂ 2 ਆਪਣੇ ਕੋਲ, ਅਤੇ ਆਹ ਹੈਗੀ ਆ 2012 ਮਾਡਲ ਵਰਨਾ, ਸੈਕਿੰਡ ਓਨਰ ਆ, ਪੰਜਾਬ ਨੰਬਰ ਆ, ਅਤੇ 3,70,000 ਰੁਪਇਆ ਡਿਮਾਂਡ ਆ ਜੀ ਕਾਰ ਦੀ। ਓਕੇ, 12 ਮਾਡਲ? 12 ਮਾਡਲ ਡਬਲ ਏਅਰਬੈਗ ਵਾਲੀ ਹੈ ਜੀ, 1.6 ਮਾਡਲ ਆ, 3,70,000 ਪ੍ਰਾਈਜ਼ ਹੈ ਜੀ, ਪੰਜਾਬ ਨੰਬਰ, ਸੈਕਿੰਡ ਓਨਰ ਆ। 3,70,000? ਹਾਂਜੀ ਹਾਂਜੀ ਸਰ, 3,70,000 ਦੀ। ਹਾਂਜੀ, 3,70,000 ਮਾਰਕੀਟ ਦੇ ਵਿੱਚ ਲਗਭਗ 4.25 ਲੱਖ ਤੋਂ ਘੱਟ ਨਹੀਂ ਮਿਲਦੀ ਹੈ ਨਾ ਵੀਰੇ ਦਾ? ਹਾਂਜੀ ਹਾਂਜੀ, ਮਾਰਕੀਟ ਵੈਲਿਊ ਇਹਦੀ 4+ ਦਾ ਰੇਟ ਆਉਂਦਾ ਜੀ। ਹਾਂਜੀ, ਲਓ ਜੀ 3,70,000 ਦੇ ਵਿੱਚ ਪੰਜਾਬ ਨੰਬਰ, ਸੈਕਿੰਡ ਓਨਰ ਕਾਰ ਹੈਗੀ ਆਪਣੇ ਲਵੇ। ਕੰਡੀਸ਼ਨ ਦੇਖ ਰਹੇ ਹਾਂ ਆਪਾਂ, ਅਤੇ ਚੱਲੀ ਹੋਈ ਦੀ ਆਪਾਂ ਗੱਲ ਕਰੀ, ਚੱਲੀ ਕਿੰਨੀ ਕੋਈ? ਚੱਲੀ ਵੀਰ ਜੀ 91,000 ਕਿਲੋਮੀਟਰ ਚੱਲੀ ਹੈ ਜੀ। 91,000 ਕਿਲੋਮੀਟਰ ਚੱਲੀ ਹੋਈ ਹੈ, ਟਾਇਰਾਂ ਦੀ ਕੰਡੀਸ਼ਨ ਦੇਖ ਰਿਹਾ ਮੈਂ ਆਪਾਂ, ਕੰਡੀਸ਼ਨ ਵਧੀਆ ਪਈ ਹੈ, ਠੀਕ ਹੈ ਜੀ। ਲਾਏ ਟਾਇਰ ਵਗੈਰਾ ਵਧੀਆ ਪਏ ਨੇ, ਕੰਡੀਸ਼ਨ ਓਵਰਆਲ ਪੂਰੀ ਵਧੀਆ। ਗੁਰਪ੍ਰੀਤ ਨੂੰ ਕਹੂੰਗਾ ਇੱਕ ਵਾਰ ਘੁੰਮਾ ਕੇ ਦਿਖਾ ਦੂਗਾ ਕਾਰ ਨੂੰ, ਠੀਕ ਹੈ ਜੀ। ਆਲ ਓਵਰ ਕੰਡੀਸ਼ਨ ਦੇਖ ਰਹੇ ਆਪਾਂ। ਬਾਕੀ ਵੀਰੇ ਲੋਨ ਦੀ ਗੱਲ ਕਰੀ, ਲੋਨ ਹੋ ਜੂਗਾ? ਹਾਂਜੀ ਹਾਂਜੀ, ਲੋਨ ਤਕਰੀਬਨ ਸਾਰੀਆਂ ਜਿੰਨੀਆਂ ਆਪਣੇ ਕੋਲ ਕਾਰਾਂ ਖੜੀਆਂ ਸਾਰੀਆਂ
लोन की सुविधा हैगी है जी। लो जी लोन की फैसिलिटी भी हैगी वीरे होर लवे ठीक है जी। बाकी कागजा पत्र की ए टू जेड सारी फुल गरंटी गेट की एक्सीडेंट की कागज पत्र की अपनी फुल जिम्मेवारी है वीर जी। लो जी इंजन गेयर एक्सीडेंटल की वीरा कहना फुल जिम्मेवारी हैगी ठीक है जी। उस तो बाद आप गल करते अगेन वरना आ गई अपने लवे 80/80 कार का नंबर है कंडीशन गुरप्रीत कूंगा दिखाऊगा वीर ना गलबात करते हैं मॉडल तो की डिटेल है जी की डिटेल है वीरे कार ये भीर जी 2013 मॉडल आ NOC के नाल 4 लाख प्राइज रखे जी आप टायर ब्रांड न्यू है जी पेपर कंप्लीट आ NOC जितों की पार्टी मंगू आप उतों की कढ़वा के दे देंगे जी। किन्नवी ओनर है जी ये सैकंड ओनर है जी। लो जी देख रहे आप ठीक है जी 4 लाख वीर की डिमांड है ये विद NOC है वीर ना 4 लाख विद NOC टायर की कंडीशन ये भी वधिया पी है पूरी SX वाला वेरियंट है ना जी। लो जी SX वेरियंट है डबल एयरबैग की आप गल करिए देखो आले दुआले आप सारी देख रहे हैं स्क्रैचलैस कंडीशन की कार हैगी किसी पासों कोई कमी नहीं हैगी कार दे विच पूरी वधिया ते चली हुई की गल करिए कितनी चली हुई 81/82 हज़ार किलोमीटर चली हुई है जी। लो जी 81/82 हज़ार चली हुई है। उस तो बाद आ गई ETOS ये कार हैगी मिस्त्रियों की एंटी बनी हुई आप कह दी है ना वीरे। बिल्कुल सर बिल्कुल की डिटेल है कार दी ये जी 2012 मॉडल आ GD मॉडल आ सैकंड ओनर आ पंजाब नंबर लगे हुआ जी यदि आप डिमांड रखी हुई आ 295,000 ठीक है जी। पंजाब नंबर 295,000 कार का रेट रखे वीरे ने कंडीशन देख रहे आप बिल्कुल ब्रांड न्यू कंडीशन है देखो अंदरों भी बाहरों भी बिल्कुल स्क्रैचलैस इंटीरियर है तो एक्सटीरियर भी स्क्रैचलैस है ठीक है जी। देख रहे आप कंडीशन तो टायर की गल कर रहे टायर बिल्कुल वधिया पए ने यदि बूट स्पेस बहुत ज़्यादा होंगी ना वीरे। बिल्कुल हाँ जी हाँ जी जी बूट स्पेस यदि बहुत ज़्यादा मिलती है आपको कोई मतलब जो किसी ने अपना समान का ढोआ ढोआई का कुछ भी करना जा परसनली रखनी हैगी कि घूमन जाना उसकी लगेज जिन्ना मर्जी आप रख लीए ठीक है जी बहुत स्पेस रही है कार च बाकी बहुत स्पेस है बहुत समान टेक जाता है तो आप चलते हूँ अगली कार कहीं देखते हैं कि कार आ भीर दिखाऊगा आपको। लो जी उस तो बाद आप गल कर देंगे 50 नंबर की कार आ गई अपने लवे बाकी नंबर भी यदा पेड लगे है की डिटेल है वीरे कार ये भीर जी 2010 मॉडल आ सैकंड ओनर है जी यदि डिमांड रखी आप 2,35,000 रुपये जी। बाकी ओवरऑल कंडीशन की गल करिए चली कि रंग पेंट कि ये 1,25,000 किलोमीटर चली हुई है तो मॉडल के हिसाब से हल्की फुल्की टचिंग हुई है जिदा स्क्रैच करके जी पीस कोई चेंज नहीं कोई एक्सीडेंट नहीं इंजन गेयर की अपनी फुल जिम्मेवारी है जी। लो जी देख रहे आप अंदर की कंडीशन अंदरों पूरी वधिया कंडीशन पई है एट बाकी स्विफ्ट जी गल कर रहे स्विफ्ट के इंजन तो मन्ने परमन्ने इंजन ने इन्हों के इंजन नहीं किसी पास छेती मरने वाले होंगे कार की डिटेल बाकी ओवरऑल पूरी वधिया गई अपने सामने। उस बाद आ गई अपने लगे स्विफ्ट डिजायर है जी वीरे। हाँ जी वीर जी ये 2011 मॉडल VDI स्विफ्ट डिजायर है जी टायर ये ब्रांड न्यू है जी फर्स्ट ओनर आ दोनों चाबियां नाल आ जी इहदियां ये NOC के नाल 2,40,000 प्राइज रखे जी आप कार का। लो जी 2,40,000 कार का रेट हैगा अंदरों गुरपिंद कूंगा दिखा दूंगा अंदरों यदि डिटेल आपू कैमरे में देख रहे आप डिटेल पूरी वधिया रही है कार की ठीक है जी। कंपनी के फैब्रिक के नाल आपू कार जी ये मिल रही हैगी चलावा वगैरह कार का तो वधिया ही रहा है ठीक है जी। ओल्ड इंटीरियर वाली यही कार हैगी बाकी टायर टप्पा वगैरह सारा कुछ A to Z पूरा वधिया पाएगा। उस तो बाद आ गई आप थोड़ा अल्टो दिखाने अल्टो मोस्ट डिमांडिंग कार रही कि पंजाब के जिमें स्विफ्ट हैगी अल्टो भी बहुत ज़्यादा डिमांड रही क्योंकि एक छोटी कार है फैमिली वास्ते छोटी जगह घेर दी है की डिटेल है मेरे कार की वीर जी 2009 मॉडल है जी LXI मॉडल आ 45,000 कंपनी रिकॉर्ड नाल चली हुई है दोनों चाबियां इंश्योरेंस साल की हम आप कटवाई है जी NOC पंजाब की हाजिर है जी। तो गुरप्रीत कूंगा दिखाऊगा अंदरों इंच टायर वगैरह ये भी पूरे वधिया पए ने तो रेट किन्ना दस्सिया रेट 1,35,000 की NOC नाल है जी 1,35,000 रुपया ठीक है जी 2009 मॉडल। देखो जी अंदरों कंडीशन पूरी वधिया जिवें आप गल करिए नवी सीट कवर चाढ़े होंगे ने उदा की कंडीशन है कार की ओवरऑल पूरी वधिया बाकी पेट्रोल इंजन है पेट्रोल इंजन कुछ नहीं होंदा छेती बाकी बाइक का चली सिर्फ 45,000 कार चली हुई हैगी क्योंकि कई बार होंगे ना घर सिंपल ही रखी होंदिया ने लोगों ने सामभ के भी यार कदम मार्केट जाना कुछ करना उस तरीके परपस न रखी होंदिया ने बाकी ओवरऑल कार पूरी वधिया गई चलते आप अगली कार कहीं देखते हैं कि मिलती है आ जाओ।